ਗੁਰਦੁਆਰਾ ਕਰਤਾਰਪੁਰ ਸਾਹਿਬ ਤੇ ਭਾਈ ਲੋਂਗੋਵਾਲ ਦਾ ਵੱਡਾ ਬਿਆਨ ਹੈ। ਜੀ ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਵੀਰਵਾਰ ਨੂੰ ਪਾਕਿਸਤਾਨੀ ਸਰਕਾਰ ਦੇ ਵੱਲੋਂ ਜੋ ਫੈਸਲਾ ਲਿਆ ਗਿਆ ਉਸ ਦੇ ਖਿਲਾਫ ਉਹਨਾਂ ਨੇ ਆਪਣੀ ਟਿੱਪਣੀ ਦਿੱਤੀ ਹੈ, ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਧਾਰਮਿਕ ਸਥਾਨ ਕਰਤਾਰਪੁਰ ਸਾਹਿਬ ਦਾ ਪ੍ਰਬੰਧਨ ISI ਸੰਗਠਨ ਦੇ ਐਕਿਊ ਟਰਸਟੀ ਪ੍ਰਾਪਰਟੀ ਬੋਰਡ ਨੂੰ ਸੌਂਪਣ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਉਹਨਾਂ ਦਾ ਕਹਿਣਾ ਸੀ ਕਿ ਪਾਕਿਸਤਾਨ ਸਰਕਾਰ ਨੂੰ ਆਪਣੇ ਇਸ ਫੈਸਲੇ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਸੋ ਬਹੁਤ ਹੀ ਦੁੱਖ ਦੀ ਗੱਲ ਹੈ ਕਿ ਜੋ ਪਾਕਿਸਤਾਨ ਸਰਕਾਰ ਦੇ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਜਿੱਥੇ ਆਪਣਾ ਅੰਤਲਾ ਸਮਾਂ ਬਿਤਾਇਆ ਸੀ, ਜਿੱਥੇ ਕਿਰਤ ਕਰਨ ਦਾ ਸੰਦੇਸ਼ ਦਿੱਤਾ ਸੀ, ਔਰ ਜਿਹੜਾ ਲਾਂਘਾ ਵੀ ਦੋਨਾਂ ਸਰਕਾਰਾਂ ਵੱਲੋਂ ਉਪਰਾਲੇ ਕਰਕੇ ਖੋਲ੍ਹਿਆ ਗਿਆ ਸੀ, ਲੇਕਿਨ ਅੱਜ ਜਿਸ ਤਰ੍ਹਾਂ ਦਾ ਫੈਸਲਾ ਪਾਕਿਸਤਾਨ ਦੀ ਸਰਕਾਰ ਨੇ ਕੀਤਾ ਹੈ ਬਹੁਤ ਹੀ ਅਫਸੋਸਨਾਕ ਹੈ, ਕਿਉਂਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਜਿਹੜਾ ਪ੍ਰਬੰਧ ਸੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਕੋਲ ਸੀ, ਲੇਕਿਨ ਜੋ ਸਰਕਾਰ ਨੇ ਫੈਸਲਾ ਕੀਤਾ ਕਿ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਨੂੰ ਜਿਹੜਾ ਉੱਥੋਂ ਦਾ ਪ੍ਰਬੰਧ ਦਿੱਤਾ ਗਿਆ, ਇੱਕ ਮੈਂ ਸਮਝਦਾ ਕਿ ਗੁਰੂ ਘਰਾਂ ਦੇ ਜਿਹੜੇ ਪ੍ਰਬੰਧ ਨੇ ਔਰ ਸਿੱਖ ਰਹਿਤ ਮਰਿਆਦਾ ਅਨੁਸਾਰ ਹੀ ਕੀਤੇ ਜਾ ਸਕਦੇ ਨੇ, ਉਹ ਸਿੱਖ ਨੂੰ ਹੀ ਪਤਾ ਹੁੰਦਾ ਜਿਹੜਾ ਉਸ ਮਰਿਆਦਾ ਨਾਲ ਜੁੜਿਆ ਹੋਵੇ। ਸੋ ਜੋ ਗੈਰ ਸਿੱਖ ਹੈ ਉਹਨੂੰ ਇਸ ਮਰਿਆਦਾ ਦਾ ਨਹੀਂ ਪਤਾ ਹੁੰਦਾ, ਨਾ ਉਹ ਚੰਗੀ ਤਰ੍ਹਾਂ ਪ੍ਰਬੰਧ ਕਰ ਸਕੇ। ਸੋ ਮੈਂ ਬੇਨਤੀ ਕਰਦਾ ਪਾਕਿਸਤਾਨ ਸਰਕਾਰ ਨੂੰ ਕਿ ਇਸ ਫੈਸਲੇ 'ਤੇ ਮੁੜ ਗੌਰ ਕਰਨ, ਔਰ ਜੋ ਸ੍ਰੀ ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਹੈ ਉਹ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਸੌਂਪਿਆ ਜਾਏ ਤਾਂ ਕਿ ਉਹ ਪੂਰੀ ਮਰਿਆਦਾ ਦੇ ਨਾਲ ਸਾਰਿਆਂ ਦਾ ਉੱਥੋਂ ਦਾ ਪ੍ਰਬੰਧ ਕਰ ਸਕਣ। ਇਹਦੇ ਲਈ ਅਸੀਂ ਪਾਕਿਸਤਾਨ ਸਰਕਾਰ ਨੂੰ ਚਿੱਠੀ ਵੀ ਲਿਖਾਂਗੇ ਔਰ ਭਾਰਤ ਸਰਕਾਰ ਨੂੰ ਵੀ ਲਿਖਾਂਗੇ। ਅੱਜ ਸਾਡੇ ਦਿੱਲੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਜੀ ਔਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਇੱਕ ਚਿੱਠੀ ਲੈ ਕੇ ਪਾਕਿਸਤਾਨ ਅੰਬੈਸਡਰ ਨੂੰ 1:30 ਵਜੇ ਮਿਲ ਰਹੇ ਨੇ, ਉੱਥੇ ਵੀ ਉਹ ਗੱਲਬਾਤ ਕਰਨਗੇ। ਸੋ ਇਹ ਸਾਡੀ ਗੱਲਬਾਤ ਜਾਰੀ ਰਹੇਗੀ ਅਤੇ ਅਸੀਂ ਚਾਹੁੰਦੇ ਹਾਂ ਕਿ ਇਹ ਮੁੜ ਗੌਰ ਕਰਕੇ ਤੁਰੰਤ ਇਹ ਫੈਸਲੇ ਨੂੰ ਜਿਹੜਾ ਪਾਕਿਸਤਾਨ ਦੇ ਸਰਕਾਰ ਨੇ ਕੀਤਾ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਸਾਰਾ ਪ੍ਰਬੰਧ ਜਿਹੜਾ ਗੁਰੂ ਘਰ ਦਾ ਉਹ ਦਿੱਤਾ ਜਾਵੇ। ਪ੍ਰਧਾਨ ਜੀ, ਅੱਜ ਐਗਜ਼ੀਕਟਿਵ ਦੀ ਮੀਟਿੰਗ ਹੈ, ਐਗਜ਼ੀਕਟਿਵ 'ਚ ਵੀ ਇਹ ਮਤਾ ਪਾਇਆ ਜਾਏਗਾ ਜੀ? ਬਿਲਕੁਲ ਜੀ, ਅੱਜ ਸਾਡੀ ਅੰਤਰ ਕਮੇਟੀ ਦੀ ਮੀਟਿੰਗ ਹੋ ਰਹੀ ਹੈ, ਉਹਦੇ ਵਿੱਚ ਵੀ ਅਸੀਂ ਇਹ ਮਤਾ ਪਾਵਾਂਗੇ ਕਿ ਜਿਹੜਾ ਪ੍ਰਬੰਧ ਹੈ ਸ੍ਰੀ ਕਰਤਾਰਪੁਰ ਸਾਹਿਬ ਦਾ ਉਹ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਦਿੱਤਾ ਜਾਵੇ। ਪ੍ਰਧਾਨ ਜੀ, ਲਾਂਘਾ ਵੀ ਖੁੱਲ੍ਹ ਜਾਣਾ ਚਾਹੀਦਾ ਹੈ, ਸਰਕਾਰ ਨੂੰ ਤੁਸੀਂ ਵਾਰ ਵਾਰ ਅਪੀਲ ਕਰ ਚੁੱਕੇ, ਜੋ ਸੰਗਤ ਦੀ ਅਪੀਲ ਹੈ ਅਤੇ ਜਥੇਦਾਰ ਸਾਹਿਬ ਵੱਲੋਂ ਵੀ ਅਪੀਲ ਕੀਤੀ ਜਾ ਚੁੱਕੀ ਹੈ ਕਿ ਸੰਗਤਾਂ ਦੀ ਮੰਗ। ਬਿਲਕੁਲ, ਸਾਡੀ ਦੇਖੋ ਅਸੀਂ ਵਾਰ ਵਾਰ ਅਪੀਲ ਜਿਹੜੀ ਹੈ ਉਹ ਭਾਰਤ ਸਰਕਾਰ ਨੂੰ ਵੀ ਕੀਤੀ ਹੈ, ਕਿਉਂਕਿ ਹੁਣ ਜਿਹੜੇ ਹਾਲਾਤ ਨੇ ਬਹੁਤ ਨੋਰਮਲ ਹੋ ਚੁੱਕੇ ਨੇ, ਜਦੋਂ ਕਿ ਸਾਰੇ ਹੀ ਜਿਹੜੇ ਧਰਮ ਸਥਾਨ ਨੇ ਉਹ ਖੋਲ੍ਹ ਦਿੱਤੇ ਗਏ ਨੇ, ਸਾਰੀਆਂ ਸੰਗਤਾਂ ਦੇ ਦਰਸ਼ਨਾਂ ਦੇ ਕਰਨ ਵਾਸਤੇ ਮੌਲ ਵੀ ਖੋਲ੍ਹਤੇ, ਸਿਨੇਮੇ ਵੀ ਖੋਲ੍ਹਤੇ, ਹੋਰ ਸੰਸਥਾਵਾਂ ਵੀ ਖੋਲ੍ਹ ਦਿੱਤੀਆਂ ਗਈਆਂ। ਸੋ ਇਹ ਫੈਸਲਾ ਵੀ ਤੁਰੰਤ ਜਿਹੜਾ ਹੈ ਭਾਰਤ ਸਰਕਾਰ ਨੂੰ ਕਰ ਦੇਣਾ ਚਾਹੀਦਾ। ਸਿੱਖ ਕੌਮ ਦੇ ਨਾਨਕ ਨਾਮ ਲੇਵਾ ਦੀ ਪੂਰ ਤਾਂਘ ਹੈ ਕਿ ਅਸੀਂ ਖੁੱਲ੍ਹੇ ਤੌਰ 'ਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੀਏ, ਪਾਕਿਸਤਾਨ ਨੇ ਖੋਲ੍ਹ ਦਿੱਤਾ ਹੈ। ਸੋ ਇਸ ਤਰ੍ਹਾਂ ਭਾਰਤ ਸਰਕਾਰ ਨੂੰ ਵੀ ਇਹ ਲਾਂਘਾ ਜਿਹੜਾ ਖੋਲ੍ਹ ਦੇਣਾ ਚਾਹੀਦਾ ਹੈ। ਇੱਕ ਜਿਹੜਾ ਪਾਕਿਸਤਾਨ ਵਿਖੇ ਆਪਾਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਜਥਾ ਭੇਜਦੇ ਆ, ਕਿ ਜਥਾ ਵੀ ਸੀਮਿਤ ਕੀਤਾ ਗਿਆ ਤਾਂ ਥੋੜ੍ਹੇ ਦਿਨ ਘਟਾਏ ਗਏ ਨੇ, ਕੀ ਕਰ ਰਹੇ ਆ? ਦੇਖੋ, ਕੋਵਿਡ-19 ਕਰਕੇ ਉਹਨਾਂ ਨੇ ਥੋੜ੍ਹਾ ਜਿਹਾ ਸੀਮਿਤ ਕਰ ਦਿੱਤਾ, ਸਿਰਫ 5 ਦਿਨਾਂ ਦਾ ਹੀ ਵੀਜ਼ਾ ਜਿਹੜਾ ਐਤਕੀ ਸਾਰਾ ਜੋ ਪਾਕਿਸਤਾਨ ਸਾਡਾ ਜਾ ਰਿਹਾ ਜਥਾ ਉਹਨੂੰ ਦਿੱਤੇ ਗਏ ਨੇ। ਅੱਗੇ ਖੁੱਲ੍ਹੇ ਤੌਰ 'ਤੇ ਸਾਰੇ ਗੁਰੂ ਘਰਾਂ ਦੇ ਦਰਸ਼ਨ ਕਰਨ ਕੇ ਆਉਂਦੇ ਸੀ, ਲੇਕਿਨ ਐਤਕੀ ਸਿਰਫ ਗੁਰਦੁਆਰਾ ਨਨਕਾਣਾ ਸਾਹਿਬ ਤੱਕ ਹੀ ਉਹਨਾਂ ਨੇ ਸੀਮਿਤ ਰੱਖਿਆ, ਉਹਨਾਂ ਹੀ ਵੀਜ਼ਾ ਦਿੱਤਾ ਹੈਗਾ, ਸਿਰਫ 5 ਦਿਨਾਂ ਵਾਸਤੇ ਦਿੱਤਾ ਹੈਗਾ। ਦੇਖੋ, ਬਹੁਤ ਵੱਡੀ ਠੇਸ ਪਹੁੰਚਦੀ ਹੈ ਜਦੋਂ ਕਿ ਗੁਰੂ ਘਰ ਦਾ ਪ੍ਰਬੰਧ ਕਿਸੇ ਗੈਰ ਸਿੱਖਾਂ ਦੇ ਕੋਲ ਚਲਿਆ ਜਾਵੇ ਤਾਂ ਉਹਦਾ ਕੁਦਰਤੀ ਤੌਰ 'ਤੇ ਹੈ ਕਿ ਸਿੱਖਾਂ ਦੇ ਮਨਾਂ ਨੂੰ ਵੱਡੀ ਠੇਸ ਲੱਗਦੀ ਹੈਗੀ। ਅੰਮ੍ਰਿਤਸਰ ਤੋਂ ਮੁਕੇਸ਼ ਮਹਿਰਾ ਦੀ ਰਿਪੋਰਟ ਦੇ ਨਾਲ ਦਾ TV NRI।